ਹੋ ਮਾਪਿਆਂ ਦਾ ਲਾਡ ਲਾਏ ਸਨ ਗੋਰੀਏ ਉਹ ਲਾਡਾਂ ਨਾਲ ਰੱਖੂ ਮੇਰੀ ਮੰਨ ਗੋਰੀਏ ਅੱਖ ਲਾਲ ਦਿਲ ਨਹੀਂਓ ਕਾਲਾ ਜੱਟ ਦਾ ਉਹ ਸੱਚੀ ਨਹੀਂ ਸੁਭਾ ਨਹੀਂਓ ਮਾੜਾ ਜੱਟ ਦਾ ਨਹੀਂ ਰੱਖੂਗਾ ਬਣਾ ਕੇ ਤੈਨੂੰ ਰਾਣੀ ਆਪਣੀ ਹੋ ਬਣੂਗੀ ਮਿਸਾਲ ਨਹੀਂ ਕਹਾਣੀ ਆਪਣੀ ਟੌ ਤੇ ਬਹੁਤ 1 ਬਣ ਮਿਲੀਅਨ ਵੀਡੀਓ ਹੋ ਚੁੱਕੀਆਂ ਇਹਦੀਆਂ ਹੁਣ ਤੱਕ ਤੇ ਮੇਰੇ ਖਿਆਲ ਟਿਕਟੌਕ ਨੇ ਬਹੁਤ ਵਧੀਆ ਮਕਾਮ ਇੱਕ ਦਿੱਤਾ ਇਸ ਗੀਤ ਨੂੰ ਸਸ ਮਿੱਠੀ ਏਣੀ ਮੂੰਹੋਂ ਕੀ ਮੰਗਦੀ ਮਿੱਤਰਾਂ ਦੇ ਕੋਲੋਂ ਕਾ ਤੋ ਰਹੇ ਸੰਗ ਦੀ ਉਹ ਜਿਉਨੇ ਮੋੜ ਵਰਗਾ ਪਲੇਖਾ ਪੌਂਦਾ ਗੱਬਰੂ ਨਾ ਬੁੱਝ ਹੁੰਦੇ ਸਾਥੋਂ ਦਿਲ ਦੇ ਸਵਾਲ ਨਹੀਂ ਉਹ ਤੇਰੀ ਅੱਖਾਂ ਨੇ ਨਸ਼ੀਲੀਆਂ ਬਲੌਂਡ ਵਾਲ ਨਹੀਂ ਤੇਰੇ ਪਿੱਛੇ ਲੱਗੇ ਹੋਗੇ 5 ਸਾਲ ਨਹੀਂ ਗੱਬਰੂ ਨੂੰ ਮਾਰਦਾ ਸਲੂਟ ਸਾਰਾ ਸ਼ਹਿਰ ਤੂੰ ਤਾਂ ਪੁੱਛ ਆਣੀ ਆ ਕੇ ਕਦੇ ਹਾਲ ਚਾਲ ਨਹੀਂ ਟੀਚਰ ਬਹੁਤ ਸਾਥ ਦਿੰਦੇ ਆ ਕਿਉਂਕਿ ਜਦੋਂ ਇੱਕ ਆਪਾਂ ਸਾਡਾ ਮੈਡਲ ਆਉਂਦੇ ਰਹੇ ਆ ਫੈਸਟੀਵਲ 'ਚ ਤੇ ਉਦੋਂ ਫਿਰ ਸਾਹ ਪਾਸੇ سپورਟ ਹੁੰਦੀ ਸੀ ਕੋਈ ਵੀ ਆਪਾਂ ਕੰਮਕਾਰ ਤੇ ਉਹਦੇ 'ਚ ਆਪਾਂ ਨੂੰ 100% ਹੋ ਕੇ ਆਉਣਾ ਚਾਹੀਦਾ ਸਿੱਖ ਕੇ ਆਉਣਾ ਚਾਹੀਦਾ ਤੇ ਬਿਨਾ ਸਿੱਖੇ ਤਾਂ ਕੋਈ ਵੀ ਕੰਮਕਾਰ ਨਹੀਂ ਸਵਾਦ ਵੀ ਨਹੀਂ ਆਉਂਦਾ ਕਰਨ ਦਾ ਤੇ ਵੈਸੇ ਕਰਨਾ ਵੀ ਨਹੀਂ ਚਾਹੀਦਾ ਤੇ ਮੇਰਾ ਤਾਂ ਇਹੀ ਕਹਿਣਾ ਵੀ ਸਿੱਖ ਕੇ ਆਉਣ ਸਾਰੇ ਤੇ ਆਪਾਂ ਪੱਕੇ ਹੋ ਕੇ ਆਈਏ ਇਸ ਪਾਸੇ ਨੂੰ ਐਵੇਂ ਬਿਨਾ ਗੱਲ ਤੋਂ ਕਿਸੇ ਨੂੰ ਬਾਅਦ 'ਚ ਇਹ ਦਗਾਉਣਾ ਪੈ ਜੇ ਫਿਰ ਵੇਖਣ ਦਾ ਹਟਾ ਤੇ ਉਹ ਗੱਲ ਲੈ ਕੇ ਕਲਗੀ ਤਰ ਤੋਂ ਥਾਪੜਾ ਹੋ ਚਾਰ ਦਿਨ ਖੇਡ ਲੈ ਮੂੰਜਾ ਮਾਨ ਲੈ ਤੈਂ ਪੱਜ ਜਾਵਣਾ ਕੰਗਣਾ ਕੱਟ ਦਿਆ ਲਗੀ ਤਰ ਤੋਂ ਥਪੜਾ ਓ ਦਿੱਤਾ ਚਰਨੀ ਸੀਸ ਨਿਵਾ ਬੰਦਾ ਸਿੰਘ ਬਹਾਦਰ ਬਣ ਗਿਆ ਓ ਲਿਆ ਮਾਦੋ ਨਾ ਬਦਲਾ ਸ੍ਰੀ ਸਾਬ ਤੇ ਖੰਡੇ ਲਿਸ਼ਕਦੇ ਚੌਂਕਦੇ ਓ ਜਿਉਂ ਕਰਦਾ ਸੱਪ ਫੜਾ ਹੋ ਨਹੀਂ ਨਾ ਮਸ਼ਹੂਰ ਤਾਂ ਉਹ ਬੰਦਾ ਜਿਵੇਂ ਕਹ ਲਈ ਆਪਾਂ ਵੀ ਜਦੋਂ ਲੋਕਾਂ ਦੀ ਜ਼ੁਬਾਨ ਤੇ ਚੜ ਜੇ ਗੀਤ ਤੇ ਫਿਰ ਮੈਂ ਤਾਂ ਲਾ ਦਵੇ ਉਹ ਚੀਜ਼ ਮਸ਼ਹੂਰ ਆ ਐਵੇਂ ਆਪਾਂ ਕੱਲੇ ਵਿਊਆਂ ਤੋਂ ਮਸ਼ਹੂਰ ਹੋਣਾ ਉਹ ਤਾਂ ਅੱਜ ਕੱਲ ਫੇਕ ਵੀ ਪੈ ਜਾਂਦੇ ਆ ਹੋ ਯਾਰੀਆਂ ਦੇ ਵਿੱਚ ਕਦੇ ਨਫੇ ਨਹੀਂਓ ਤੱਕੇ ਚੰਗੇ ਮਾਰੇ ਦਾ ਵੀ ਲਾਇਆ ਕੋਈ ਹਿਸਾਬ ਨਾ ਹੋ ਦਿਲ ਵਿੱਚ ਵੜ ਪੂਰਾ ਪੇਤ ਸਾਡਾ ਲੈ ਕੇ ਲੋਕੀ ਖੇਡੇ ਜਜ਼ਬਾਤਾਂ ਦੀ ਕਿਤਾਬ ਨਾ ਉਹ ਸਾਨੂੰ ਆਉਂਦੇ ਨਾ ਵਪਾਰ ਬੱਲੀਏ ਮਿੱਠਾ ਬੋਲ ਕੇ ਖਰੀਦ ਲੈਂਦੀ ਦੁਨੀਆ ਇੰਨੇ ਮਹਿੰਗੇ ਵੀ ਨਹੀਂ ਯਾਰ ਬੱਲੀਏ ਰਜ਼ਾਨਸ ਬੁਕਸਮੈਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਦੋਸਤੋ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਉਦਾਂ ਦੇ ਟੈਲੈਂਟ ਜਿਹੜੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਵਧੀਆ ਗਾਇਕੀ ਦੇ ਸਕਣ ਉਹਨਾਂ ਨੂੰ ਤੁਹਾਡੇ ਮੁਖਾਤਿਬ ਕਰਦੇ ਰਹੀਏ ਤੇ ਨਾਲ ਦੇ ਨਾਲ ਇਹ ਵੀ ਕੋਸ਼ਿਸ਼ ਹੁੰਦੀ ਹੈ ਕਿਉਂਕਿ ਅੱਜ ਕੱਲ ਦੌਰ ਆਧੁਨਿਕ ਹੋ ਗਿਆ ਨਵੀਆਂ ਤਕਨੀਕਾਂ ਆ ਗਈਆਂ ਬਹੁਤ ਸਾਰੇ ਗਾਇਕ ਇਦਾਂ ਦੇ ਬਣ ਜਾਂਦੇ ਨੇ ਜਿਹੜੇ ਆਵਾਜ਼ ਤਾਂ ਨਹੀਂ ਹੁੰਦੀ ਪਰ ਤਕਨੀਕਾਂ ਦੇ ਨਾਲ ਮਸ਼ਹੂਰ ਹੋ ਜਾਂਦੇ ਨੇ ਪਰ ਅੱਜ ਤੁਹਾਡੀ ਮੁਲਾਕਾਤ ਅਜਿਹੇ ਨੌਜਵਾਨਾਂ ਕਰਾਉਣੀ ਹੈ ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਦਮ ਹੈ ਲੋਕੀ ਕਹਿੰਦੇ ਨੇ ਕਿ ਆਵਾਜ਼ ਸੁਣ ਕੇ ਲੱਗਦਾ ਕਿ ਫੋਕ ਆਵਾਜ਼ ਹੈ ਸਾਡੇ ਨਾਲ ਨਿਰਵੈਰ ਪੰਨੂ ਨੂੰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਭਾਈ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਡੇ ਰੂਰੂ ਹੋਣ ਦਾ ਮੌਕਾ ਦਿੱਤਾ ਬਹੁਤ ਬਹੁਤ ਧੰਨਵਾਦ ਮੈਂ ਨਿਰਵੈਰ ਦੀ ਅਸੀਂ ਗੱਲ ਕਰੀ ਅੱਜ ਕੱਲ ਗਾਣਾ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਵਰਲਡਵਾਈਡ ਟ੍ਰੈਂਡ ਕਰ ਰਿਹਾ ਬਹੁਤ ਵੱਡੀ ਗੱਲ ਹੁੰਦੀ ਹੈ ਪੰਜਾਬੀ ਕਿਉਂਕਿ ਵਰਲਡਵਾਈਡ ਜਦੋਂ ਅਸੀਂ ਗੱਲ ਕਰਦੇ ਹਾਂ ਪੂਰੇ ਦੇਸ਼ ਕਿੰਨੇ ਹੋ ਗਏ ਕਿੰਨੀਆਂ ਵੱਖ-ਵੱਖ ਆਵਾਜ਼ਾਂ ਹੋ ਗਈਆਂ ਵੱਖ-ਵੱਖ ਲੈਂਗੁਏਜ ਹੋ ਗਈਆਂ ਭਾਸ਼ਾਵਾਂ ਹੋ ਗਈਆਂ ਤਾਂ ਉਹਨਾਂ ਦੇ ਵਿੱਚੋਂ ਇੱਕ ਗਾਣਾ 28ਵੇਂ ਨੰਬਰ ਤੇ ਟ੍ਰੈਂਡ ਕਰ ਰਿਹਾ ਮੇਰੇ ਖਿਆਲ ਨਾਲ ਤੇ ਨਿਰਵੈਰ ਕਿੱਦਾਂ ਦੇਖਦੇ ਹੋ ਜਦੋਂ ਜਿੰਨੀ ਮਿਹਨਤ ਕੀਤੀ ਹੁੰਦੀ ਉਹਦਾ ਫਿਰ ਇਸ ਤਰੀਕੇ ਨਾਲ ਮੁੱਲ ਮੁਰਦਾ ਤੇ ਕਿਵੇਂ ਮਿਲ ਲੱਗਦਾ ਬਿਲਕੁਲ ਜੀ ਬਿਲਕੁਲ ਬਹੁਤ ਖੁਸ਼ੀ ਹੁੰਦੀ ਆ ਜਦੋਂ ਕਿਸੇ ਵੱਡੇ ਲੈਵਲ ਤੇ ਗਾਣਾ ਸੁਣਦੇ ਆਪਾਂ ਵੀ ਸਾਡਾ ਵਰਲਡ ਵਾਈਡ ਹੋ ਗਿਆ ਤੇ ਉਦੋਂ ਬਹੁਤ ਮਾਣ ਵੀ ਹੁੰਦਾ ਬਹੁਤ ਖੁਸ਼ੀ ਵੀ ਹੁੰਦੀ ਆ ਤੇ ਉਸ ਮਾਲਕ ਦਾ ਸ਼ੁਕਰ ਵੀ ਕਰੀਦਾ ਵੀ ਬਹੁਤ ਬਹੁਤ ਧੰਨਵਾਦ ਤੇ ਬਾਕੀ ਚਰਦੀ ਕਲਾਈ ਹੈ ਜੀ ਜੀ ਸਭ ਤੋਂ ਪਹਿਲਾਂ ਤਾਂ ਜੇ ਅਸੀਂ ਗੱਲ ਕਰੀਏ ਜਿੰਨੇ ਵੀ ਦਰਸ਼ਕ ਸਾਨੂੰ ਦੇਖ ਰਹੇ ਹੋਣੇ ਆ ਉਹਨਾਂ ਦੇ ਜ਼ਿਹਨ ਦੇ ਵਿੱਚ ਹੋਣਾ ਕਿ ਕਿਹੜਾ ਗਾਣਾ ਟ੍ਰੈਂਡ ਕਰ ਰਿਹਾ ਉਹਦੇ ਦੋ ਲਫ਼ਜ਼ ਅਸੀਂ ਜੇ ਆਪਣੇ ਦਰਸ਼ਕਾਂ ਨਾਲ ਸਾਂਝੇ ਕਰੀਏ ਹਾਂਜੀ ਹਾਂ ਜਰੂਰ ਬੰਦੂ ਗੀਤ ਮੈਂ ਸੁਣਾਉਣਾ ਤੁਹਾਨੂੰ ਉਹ ਮਾਪਿਆਂ ਦਾ ਲਾਡ ਲਾਏ ਸਨ ਗੋਰੀਏ ਉਹ ਲਾਡਾਂ ਨਾਲ ਰੱਖੂ ਮੇਰੀ ਮੰਨ ਗੋਰੀਏ ਅੱਖ ਲਾਲ ਦਿਲ ਨਹੀਂਓ ਕਾਲਾ ਜੱਟ ਦਾ ਉਹ ਸੱਚੀ ਨਹੀਂ ਸੁਭਾ ਨਹੀਂਓ ਮਾੜਾ ਜੱਟ ਦਾ ਨਹੀਂ ਰੱਖੂਗਾ ਬਣਾ ਕੇ ਤੈਨੂੰ ਰਾਣੀ ਆਪਣੀ ਹੋ ਬਣੂਗੀ ਮਿਸਾਲ ਨਹੀਂ ਕਹਾਣੀ ਆਪਣੀ ਬਿਲਕੁਲ ਬਹੁਤ ਆਵਾਜ਼ ਤੁਸੀਂ ਸੁਣ ਕੇ ਅੰਦਾਜ਼ਾ ਲਗਾ ਲਿਆ ਹੋਣਾ ਕਿ ਆਵਾਜ਼ ਇਸ ਤਰੀਕੇ ਨਾਲ ਪਾਲਿਸ਼ ਹੈ ਕਿ ਕਈ ਵੇਲੇ ਆਪਾਂ ਕਹਿੰਦੇ ਨੇ ਕਿ ਰੱਬ ਦੀ ਦੇਣਾ ਤੇ ਉਸ ਦੇ ਨਾਲ ਬਾਅਦ ਵਿੱਚ ਮਿਹਨਤ ਜਿਹੜੀ ਆ ਉਹ ਵੀ ਬੜੀ ਇੱਕ ਕੰਮ ਆਉਂਦੀ ਹੈ ਤੇ ਇਸ ਗਾਣੇ ਦੀ ਅਸੀਂ ਖਾਸ ਕਰਕੇ ਗੱਲ ਕਰੀਏ ਤਾਂ ਟਿਕਟੌਕ ਤੇ ਤਾਂ ਛਾਇਆ ਪਾਇਆ ਗਾਣਾ ਬਿਲਕੁਲ ਬਿਲਕੁਲ ਟਿਕਟੌਕ ਤੇ ਬਹੁਤ 1 ਬਣ ਮਿਲੀਅਨ ਵੀਡੀਓ ਹੋ ਚੁੱਕੀਆਂ ਇਹਦੀਆਂ ਹੁਣ ਤੱਕ ਤੇ ਮੇਰੇ ਖਿਆਲ ਟਿਕਟੌਕ ਨੇ ਬਹੁਤ ਵਧੀਆ ਮਕਾਮ ਇੱਕ ਦਿੱਤਾ ਇਸ ਗੀਤ ਨੂੰ ਤੇ ਟਿਕਟੌਕ ਦੀ ਸਾਰੀ ਗੱਲਬਾਤ ਨਿਰਵਾਜ ਜੀ ਅਸੀਂ ਗੱਲ ਕਰੀਏ ਕਿਉਂਕਿ ਇੰਡਸਟਰੀ ਬਹੁਤ ਐਡਵਾਂਸ ਹੋ ਗਈ ਹੈ ਬਹੁਤ ਕੁਝ ਨਵਾਂ ਚੀਜ਼ਾਂ ਜਿਹੜੀਆਂ ਜਦੋਂ ਨਵੇਂ ਨੌਜਵਾਨ ਆਉਂਦੇ ਨੇ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਤੁਹਾਡੀ ਸ਼ੁਰੂਆਤ ਦੀ ਗੱਲ ਕਰੀਏ ਕਿਵੇਂ ਸੋਚਿਆ ਸੀਗਾ ਕਿ ਇਸ ਇੰਡਸਟਰੀ ਦੇ ਨਾਲ ਜੁੜਨਾ ਜਾਂ ਗਾਇਕੀ ਕਰਨੀ ਹੈ ਕਿਵੇਂ ਸ਼ੁਰੂਆਤ ਹੋਈ ਹਾਂਜੀ ਮੈਂ ਨਾ ਬਚਪਨ ਤੋਂ ਹੀ ਗਾਉਂਦਾ ਸੀਗਾ ਤੇ ਸ਼ੁਰੂ ਤੋਂ ਹੀ ਮੈਨੂੰ ਸ਼ੌਂਕ ਸੀਗਾ ਗਾਉਣ ਦਾ ਤੇ ਫਿਰ ਕੁਲਦੀਪ ਮਾਨਕ ਸਾਹਿਬ ਉਹਨਾਂ ਨੂੰ ਸੁਣਦੇ ਗਏ ਸਰਜੀਤ ਬਿੰਦਰਕੇ ਸਾਹਿਬ ਨੂੰ ਸੁਣਦੇ ਗਏ ਤੇ ਹੌਲੀ ਹੌਲੀ ਬਾਅਦ ਵਿੱਚ ਫਿਰ ਸਕੂਲ ਲੈਵਲ ਤੇ ਬੋਲੀਆਂ ਪਾਈਆਂ ਭੰਗੜੇ ਨਾਲ ਤੇ ਮਲਕੇ 10ਵੀਂ ਵੀ ਫਿਰ ਪਲੱਸ 2 ਫਿਰ ਕਾਲਜ ਲੈਵਲ ਤੇ ਵੀ ਬੋਲੀਆਂ ਪਾਈਆਂ ਭੰਗੜੇ ਨਾਲ ਲੋਕ ਗੀਤ ਜਿਵੇਂ ਯੂਥ ਫੈਸਟੀਵਲ ਹੁੰਦੇ ਆ ਤੇ ਉਹਨਾਂ ਚ ਪਾਰਟਿਸਿਪੇਟ ਕੀਤਾ ਤੇ ਏਦਾਂ ਦਾ ਮਲਕੇ ਵੀ ਆਵਾਜ਼ ਹੋਰ ਨਿੱਖਰਦੀ ਗਈ ਕਹਿ ਲਈ ਆਪਾਂ ਤੇ ਫਿਰ رابطہ ਹੋਇਆ ਪਿਸਟੋਲ ਗਰੁੱਪ ਗੀਤ ਕਰਨ ਦਾ ਕਿਉਂਕਿ ਪਹਿਲਾ ਗੀਤ ਮੇਰਾ ਉਹ ਹੀ ਸੀਗਾ ਤੇ ਬਾਈ ਸ਼ਰਨ ਸ਼ੇਰਗਿੱਲਾ ਉਹਨਾਂ ਨਾਲ ਗੱਲਬਾਤ ਹੋਈ ਤੇ ਉਹਨਾਂ ਨੇ ਮਿਊਜ਼ਿਕ ਦਿੱਤਾ ਪਿਸਟੋਲ ਗੀਤ ਨੂੰ ਤੇ ਉਹ ਫਿਰ ਕੱਢਿਆ ਪਹਿਲਾਂ ਤੇ ਉਹਦਾ ਬਹੁਤ ਵਧੀਆ ਰਿਸਪੌਂਸ ਆਇਆ ਤੇ ਉਹ ਬਸ ਫਿਰ ਉਦੋਂ ਫਿਰ ਸ਼ੁਰੂ ਹੋ ਗਿਆ ਕਿਉਂਕਿ ਜਦੋਂ ਆਵਾਜ਼ ਸੁਣਦੇ ਆ ਤਾਂ ਪਤਾ ਲੱਗ ਜਾਂਦਾ ਕਿ ਮੁੰਡਾ ਬੋਲੀਆਂ ਪਾਉਂਦਾ ਰਿਹਾ ਕਿਉਂਕਿ ਅਸੀਂ ਜ਼ਿਕਰ ਕਰ ਰਹੇ ਸੀ ਇੱਕ ਦਿਨ ਬੈਠੇ ਹੋਏ ਸੀ ਕਿ ਕਿਉਂਕਿ ਜਦੋਂ ਗਾਣਾ ਕੋਈ ਟ੍ਰੈਂਡ ਕਰਦਾ ਆਪਣੇ ਆਪ ਉਹਦੇ ਬਾਰੇ ਗੱਲਾਂ ਜਿਹੜੀਆਂ ਚਰਚਾਵਾਂ ਛਿੜ ਜਾਂਦੀਆਂ ਨੇ ਤੇ ਬੋਲੀਆਂ ਨਾਲ ਸ਼ੁਰੂਆਤ ਹੋਈ ਜੇ ਕੁਝ ਬੋਲੀਆਂ ਅੱਜ ਹੋ ਜਾਣ ਤੇ ਕਿਉਂਕਿ ਭੰਗੜੇ ਦੀ ਅਸੀਂ ਜਦੋਂ ਗੱਲ ਕਰਦੇ ਆ ਹਰ ਇੱਕ ਪੰਜਾਬੀ ਜਿਹੜਾ ਉਹਦਾ ਭੰਗੜੇ ਦੇ ਨਾਲ ਸਿੱਧਾ ਸਿੱਧਾ ਕਨੈਕਸ਼ਨ ਹੁੰਦਾ ਕੋਈ ਵੀ ਗਾਣਾ ਚੱਲੇ ਬੋਲੀਆਂ ਦੀ ਗੱਲ ਆ ਹੀ ਜਾਂਦੀ ਹੈ ਓਏ ਅੱਖਾਂ ਬਿੱਲੀਆਂ ਕੰਨਾਂ ਦੇ ਵਿੱਚ ਮੁੰਦਰਾ ਅੱਖਾਂ ਚੁੰਮੰਦਰਾ ਕੱਢ ਲਿਆ ਮੇਰਾ ਕਾਲ ਜਾ ਓਏ ਡਾਕਾ ਮਾਰਿਆ ਮਾਰਿਆ ਤੂੰ ਸਖਰ ਦਪਹਿਰੇ ਖੈਰ ਪਉਣ ਆਈ ਲੁੱਟ ਲਈ ਪੂਰਨਾ ਓਏ ਅੱਖੀਆਂ ਚ ਰੱਬ ਵੱਸਦਾ ਓਏ ਕੋਈ ਦੂਰ ਨਾ ਬਹੁਤ ਖੂਬ ਆਵਾਜ਼ ਤੋਂ ਪਤਾ ਲੱਗਦਾ ਕਿ ਜਦੋਂ ਕਿਉਂਕਿ ਜਦੋਂ ਭੰਗੜਾ ਪੈਂਦਾ ਅਸੀਂ ਆਪਣੇ ਕਾਲਜ ਟਾਈਮ ਦੀ ਅਸੀਂ ਜਦੋਂ ਗੱਲ ਕਰਦੇ ਅਸੀਂ ਵੀ ਭੰਗੜੇ ਨਾਲ ਜੁੜੇ ਰਹੇ ਤਾਂ ਜਦੋਂ ਬੋਲੀਆਂ ਦੇ ਵਿੱਚ ਜਾਨ ਹੋਵੇ ਤੇ ਭੰਗੜੇ ਜਿਹੜੇ ਪਾਉਣ ਵਾਲੇ ਮੁੰਡੇ ਹੁੰਦੇ ਉਹਨਾਂ ਦੇ ਵਿੱਚ ਵੀ ਜਾਨ ਪੈ ਜਾਂਦੀ ਏਕ ਬਹੁਤ ਤਜਰਬਾ ਕਿ ਹੋ ਜਾ ਰਿਹਾ ਨਿਰਵਾ ਤੁਹਾਡਾ ਬਹੁਤ ਵਧੀਆ ਸੀਗਾ ਜੀ ਕਿਉਂਕਿ ਭੰਗੜੇ ਨਾਲ ਅਸੀਂ ਸ਼ੁਰੂ ਤੋਂ ਜਦੋਂ ਸ਼ਰਾਰਤਾਂ ਕੀਤੀਆਂ ਜਾਂ ਕਹਿ ਲਈ ਜਾਂ ਸਕੂਲ ਲੈਵਲ ਤੇ ਵੀ ਕਹ ਲਈ ਕਾਲਜ ਲੈਵਲ ਤੇ ਵੀ ਕਹ ਲਈਏ ਟੀਚਰ ਤਾਂ ਕਹਿੰਦੇ ਹੁੰਦੇ ਸੀਗੇ ਵੀ ਕਿੱਧਰ ਤੁਸੀਂ ਪੜ ਲਓ ਵੀ ਐਵੇਂ ਕਿਹੜੇ ਚੱਕਰਾਂ 'ਚ ਪਏ ਆ ਤੇ ਪਰ ਉਹ ਜਿਵੇਂ ਕਹਿ ਲਈਏ ਵੀ ਉਦੋਂ ਉਮਰ ਹੀ ਐਸੀ ਸੀ ਤੇ ਉਧਰ ਨੂੰ ਜੁੜਦੇ ਗਏ ਤੇ ਗਾਂ ਦੇ ਗਾ ਫਿਰ ਮਤਲਬ ਕਿ ਫੁੱਲ ਇੰਜੋਏ ਕੀਤਾ ਸੀ ਤਾਂ ਇਹ ਵੀ ਹੁੰਦਾ ਕਿ ਕਾਲਜ ਲਾਈਫ ਦੇ ਵਿੱਚ ਜਦੋਂ ਭੰਗੜੇ ਦੇ ਨਾਲ ਜੁੜ ਜਵੇ ਬੰਦਾ ਫਿਰ ਲੈਕਚਰਾਂ ਦੀ ਵੀ ਕੋਈ ਟੈਨਸ਼ਨ ਹੀ ਰਹਿੰਦੀ ਹਾਂਜੀ ਹਾਂ ਬਿਲਕੁਲ ਕੋਈ ਟੈਨਸ਼ਨ ਹੀ ਨਹੀਂ ਰਹਿੰਦੀ ਜੀ ਤੇ ਟੀਚਰ ਬਹੁਤ ਸਾਥ ਦਿੰਦੇ ਆ ਕਿਉਂਕਿ ਜਦੋਂ ਇੱਕ ਆਪਾਂ ਸਾਡਾ ਮੈਡਲ ਆਉਂਦੇ ਰਹੇ ਆ ਫੈਸਟੀਵਲ ਚ ਤੇ ਉਦੋਂ ਫਿਰ ਸਾਹ ਪਾਸੇ ਸਪੋਰਟ ਹੁੰਦੀ ਹੈ ਰਿਫਰੈਸ਼ਮੈਂਟਾਂ ਮਿਲਦੀਆਂ ਨੇ ਕੋਈ ਟੈਂਸ਼ਨ ਨਹੀਂ ਹੁੰਦੀ ਹੈ اٹੈਂਡੈਂਸ ਪੂਰੀ ਹੋ ਜਾਣੀ ਹੈ ਤੇ ਇਦਾਂ ਇੱਕ ਬੰਦਾ ਉਸ ਚਾਹ ਦੇ ਵਿੱਚ ਹੀ ਲੱਗਾ ਰਹਿੰਦਾ ਹੈ ਉਸ ਚਾਹ ਚ ਹੀ ਲੱਗਾ ਰਹਿੰਦਾ ਹਾਂਜੀ ਹਾਂ ਬਿਲਕੁਲ ਕਈ ਮੈਂ ਸੁਣਿਆ ਵੀ ਆ ਕਈ ਤਾਂ ਬੱਚੇ ਪਾਰਟਿਸਿਪੇਟ ਹੀ ਤਾਂ ਕਰਦੇ ਕਹਿੰਦੇ ਵੀ ਅਸੀਂ ਸਾਡੇ ਦਾ ਟੈਂਡੈਂਸ ਪੂਰੀ ਹੋ ਜਾਣੀ ਹੈ ਸਾਨੂੰ ਤਾਂ ਹੀ ਆ ਹੋਰ ਨਹੀਂ ਕੋਈ ਚੱਕਰ ਤੇ ਮਤਲਬ ਇਦਾਂ ਇਦਾਂ ਕਰਕੇ ਸਾਰੇ ਬੜਾ ਇੰਜੋਏ ਹੁੰਦਾ ਮਤਲਬ ਨਿਰਪਰ ਜਦੋਂ ਹੁਣ ਜਦੋਂ ਕਾਲਜ ਲਾਈਫ ਦੇ ਬਾਅਦ ਆਪਾਂ ਇਧਰ ਇੰਡਸਟਰੀ ਦੇ ਵਿੱਚ ਆਉਣਾ ਹੋਵੇ ਅੱਜਕੱਲ ਕਿਉਂਕਿ ਨਵਾਂ ਟੈਲੈਂਟ ਲਗਾਤਾਰ ਆ ਰਿਹਾ ਬਹੁਤ ਸਾਰੇ ਨਵੇਂ ਗੀਤ ਆ ਰਹੇ ਨੇ ਬਹੁਤ ਸਾਰੇ ਨਵੇਂ ਗਾਇਕ ਵੀ ਆ ਰਹੇ ਨੇ ਕਿੰਨੀ ਇੱਕ ਮੁਸ਼ਕਿਲ ਲੱਗਦੀ ਹੈ ਇਸ ਇੰਡਸਟਰੀ ਦੇ ਵਿੱਚ ਥਾਂ ਬਣਾਉਣ ਨੂੰ ਤੁਹਾਨੂੰ ਕੀ ਲੱਗਦਾ ਕਿ ਕਿੰਨੀ ਇੱਕ ਮਿਹਨਤ ਹੋਣੀ ਚਾਹੀਦੀ ਹੈ ਇਹਦੇ ਵਿੱਚ ਮਿਹਨਤ ਤਾਂ ਬਿਲਕੁਲ ਹੋਣੀ ਚਾਹੀਦੀ ਹੈ ਜੀ ਅਸਲ 'ਚ ਮੇਰਾ ਵੀ ਕੋਈ ਮਤਲਬ ਹਜੇ ਤਾਂ ਸਟਾਰਟ ਆ ਮੈਂ ਤਾਂ 21 ਸਾਲ ਦਾ ਹੀ ਹਜੇ ਤੇ ਮੇਰੇ ਕੋਲ ਤਜਰਬਾ ਤਾਂ ਨਹੀਂ ਹੈ ਪਰ ਤਜਰਬੇਕਾਰ ਮੇਰੇ ਨਾਲ ਬੰਦੇ ਸਾਰੇ ਤੇ ਉਹਨਾਂ ਦੇ ਨਾਲ ਸਾਥ ਸਾਰੀ ਟੀਮ ਦਾ ਜਿਵੇਂ ਜੁਗ ਡੌਗ ਸਾਡੇ ਨਾਲ ਜੁੜੀ ਹੋਈ ਆ ਤੇ ਬਾਈ ਸੁਜੀਤ ਸਿੰਘ ਢਿੱਲੋਂ ਹੋਣੀ ਜਗਜੀਤ ਸਿੰਘ ਢਿੱਲੋਂ ਹੋਣੀ ਤੇ ਹਰਦੀਪ ਸਿੰਘ ਗਿੱਲ ਭਾਜੀ ਤੇ ਇਹਨਾਂ ਸਭ ਦਾ ਸਾਥ ਆ ਤੇ ਸਾਰੇ ਬੰਦੇ ਤਜਰਬੇਕਾਰ ਆ ਤੇ ਉਹਨਾਂ ਦੇ ਸਾਥ ਨਾਲ ਸਾਰਾ ਅੱਗੇ ਆਉਂਦੇ ਗਏ ਆ ਤੇ ਬਾਕੀ ਮਾਲਕ ਦਾ ਹੱਥ ਹੋਵੇ ਤੇ ਫਿਰਦਾ ਸਭ ਕੁਝ ਓਕੇ ਹੋ ਜਾਂਦਾ ਪੜਾਈ ਦੀ ਗੱਲ ਕੀਤੀ ਤੁਸੀਂ ਕਿ ਕਾਲਜ ਟਾਈਮ ਦੇ ਵਿੱਚ ਬੋਲੀਆਂ ਪਾਉਣ ਲੱਗੀਆਂ ਲੱਗੇ ਤਾਂ ਬਹੁਤ ਸਾਥ ਮਿਲਿਆ ਟੀਚਰਾਂ ਦਾ ਤੇ ਪੜਾਈ ਦੇ ਵਿੱਚ ਕਿਹੋ ਜਿਹਾ ਹੱਥ ਰਿਹਾ ਤੁਹਾਡਾ ਪੜਾਈ ਚ ਹੱਥ ਠੀਕ ਠਾਕ ਸੀਗਾ ਜੀ ਤੇ ਵੈਸੇ ਤਾਂ ਮੈਂ ਪਲੱਸ 2 ਨਾਨ ਮੈਡੀਕਲ ਕੀਤੀ ਆ ਤੇ ਪਰ ਉਹ ਪਤਾ ਨਹੀਂ ਨਿਕਲ ਗਿਆ ਉਸ ਹਿਸਾਬ ਨਾਲ ਤੇ ਬਾਅਦ ਚ ਹੁਣ ਮੈਂ ਬੀਏ ਕਰ ਰਿਹਾ ਮੈਂ ਤਾਂ ਤੇ ਉਹ ਬਸ ਇਦਾਂ ਹੀ ਮਲ ਕੇ ਪੜਾਈ ਵੱਲੋਂ ਦਾ ਕੰਮ ਠੀਕ ਠਾਕ ਚੰਗਾ ਹੀ ਹੈ ਮੈਂ ਵੀ ਨਾਨ ਮੈਡੀਕਲ ਕੀਤੀ ਮੈਨੂੰ ਪਰ ਅਸੀਂ ਬਾਅਦ ਵਿੱਚ ਜਰਨਲਿਜ਼ਮ ਦੇ ਵਿੱਚ ਆ ਗਏ ਤਾਂ ਫੀਲਡ ਬਦਲ ਗਈ ਤੁਸੀਂ ਗਾਇਕੀ ਦੇ ਵਿੱਚ ਚਲੇ ਗਏ ਜੇ ਅਸੀਂ ਗੱਲ ਕਰੀ ਹੁਣ ਜਦੋਂ ਤੁਸੀਂ ਇਸ ਇੰਡਸਟਰੀ ਦੇ ਵਿੱਚ ਆਏ ਬਹੁਤ ਸਾਰੇ ਗੀਤ ਜਿਹੜੇ ਨੇ ਲਗਾਤਾਰ ਅੱਜ ਕੱਲ ਇੱਕ ਟ੍ਰੈਂਡ ਚੱਲਿਆ ਹੋਇਆ ਕਿ ਬਹੁਤ سارے ਲੋਕ ਟੈਕਨੀਕਲ ਤਰੀਕੇ ਦੇ ਨਾਲ ਆਪਣੀ ਆਵਾਜ਼ ਪਾਲਿਸ਼ ਕਰ ਲੈਂਦੇ ਨੇ ਤੁਸੀਂ ਕਿਵੇਂ ਦੇਖਦੇ ਹੋ ਇਹ ਜਿਹੜੀਆਂ ਚੀਜ਼ਾਂ ਇੰਡਸਟਰੀ ਦੇ ਵਿੱਚ ਚੱਲ ਰਹੀਆਂ ਨੇ ਅੱਜ ਕੱਲ ਨਹੀਂ ਬਿਲਕੁਲ ਜੀ ਇਹ ਚੀਜ਼ਾਂ ਹੈ ਤਾਂ ਮਾੜੀਆਂ ਕਿਉਂਕਿ ਕੋਈ ਵੀ ਆਪਾਂ ਕਾਮਕਾਰ ਆ ਤੇ ਉਹਦੇ 'ਚ ਆਪਾਂ ਨੂੰ 100% ਹੋ ਕੇ ਆਉਣਾ ਚਾਹੀਦਾ ਸਿੱਖ ਕੇ ਆਉਣਾ ਚਾਹੀਦਾ ਤੇ ਬਿਨਾਂ ਸਿੱਖੇ ਦਾ ਕੋਈ ਵੀ ਕੰਮ ਕਰ ਨਹੀਂ ਸਵਾਦ ਵੀ ਨਹੀਂ ਆਉਂਦਾ ਕਰਨ ਦਾ ਤੇ ਵੈਸੇ ਕਰਨਾ ਵੀ ਨਹੀਂ ਚਾਹੀਦਾ ਤੇ ਮੇਰਾ ਤਾਂ ਇਹੀ ਕਹਿਣਾ ਵੀ ਸਿੱਖ ਕੇ ਆਉਣ ਸਾਰੇ ਤੇ ਆਪਾਂ ਪੱਕੇ ਹੋ ਕੇ ਆਈਏ ਇਸ ਪਾਸੇ ਨੂੰ ਐਵੇਂ ਬਿਨਾਂ ਗੱਲ ਤੋਂ ਕਿਸੇ ਨੂੰ ਬਾਅਦ 'ਚ ਕੇ ਦਿਗਾਉਣਾ ਪੈ ਜੇ ਫਿਰ ਵੇਖਣ ਤਾਂ ਠਾ ਤੇ ਉਹ ਗੱ ਜਦੋਂ ਨਿਰਵਰ ਤੁਹਾਡੀ ਗੱਲ ਕਰਦੇ ਆ ਮੈਂ ਪਹਿਲਾਂ ਵੀ ਇੱਕ ਆਪਣੇ ਦੋਸਤਾਂ ਨਾਲ ਗੱਲ ਕਰ ਰਿਹਾ ਸੀਗਾ ਜ਼ਿਕਰ ਕਰ ਰਿਹਾ ਸੀ ਤੁਹਾਡੀ ਆਵਾਜ਼ ਦਾ ਜ਼ਿਕਰ ਹੋ ਰਿਹਾ ਸੀਗਾ ਤੇ ਬੜੀ ਕਹਿੰਦੇ ਠੇਠ ਆਵਾਜ਼ ਆ ਮੁੰਡੇ ਦੀ ਬੜੀ ਫੋਕ ਆਵਾਜ਼ ਆ ਬੜੀ ਲੋਕਾਂ ਨੇ ਪ੍ਰਵਾਨ ਕਰ ਲਈ ਕਿਉਂਕਿ ਬਹੁਤ ਘੱਟ ਆਵਾਜ਼ਾਂ ਹੁੰਦੀਆਂ ਨੇ ਜਿਹੜੀਆਂ ਅਲੱਗ ਹੁੰਦੀਆਂ ਨੇ ਟੋਨ ਅਲੱਗ ਹੁੰਦੀ ਹੈ ਰਾਜਵੀਰ ਜਵੰਦਾ ਨਾਲ ਤੁਹਾਡਾ ਥੋੜਾ ਜਿਹਾ ਕੰਪੈਰੀਸ਼ਨ ਹੁੰਦਾ ਸੁਰਜੀਤ ਖਾਨ ਦੀ ਆਵਾਜ਼ ਨਾਲ ਤੁਹਾਡਾ ਥੋੜਾ ਜਿਹਾ ਕੰਪੈਰੀਸ਼ਨ ਹੁੰਦਾ ਜਦੋਂ ਇੰਨੇ ਵਧੀਆ ਵਧੀਆ ਕਲਾਕਾਰ ਜਿਹੜੇ ਆਲਰੇਡੀ ਸੈੱਟ ਹੋ ਚੁੱਕੇ ਨੇ ਉਹਨਾਂ ਦੇ ਨਾਲ ਤੁਹਾਡਾ ਕੰਪੈਰੀਸ਼ਨ ਹੁੰ ਬਾਰੇ ਤੁਹਾਡੀ ਤੇ ਉਦੋਂ ਬੜਾ ਮਾਣ ਵੀ ਹੁੰਦਾ ਬੜੀ ਖੁਸ਼ੀ ਵੀ ਹੁੰਦੀ ਹੈ ਵੀ ਕਿਸੇ ਵੱਡੇ ਕਲਾਕਾਰ ਨਾਲ ਜਦੋਂ ਆਪਣਾ ਐਵੇਂ ਕਰਦੇ ਆ ਤੇ ਬੜੀ ਖੁਸ਼ੀ ਹੁੰਦੀ ਹੈ ਜੀ ਉਦੋਂ ਤੇ ਨਾਲ ਦੇ ਨਾਲ ਜਦੋਂ ਅਸੀਂ ਗੱਲ ਕਰੀਏ ਜਿੱਦਾਂ ਹੁਣ ਤੁਹਾਡੇ ਨਵਾਂ ਗਾਣਾ ਬੰਦੂਕ ਆਇਆ ਇਸ ਤੋਂ ਪਹਿਲਾਂ ਸਲੂਟ ਗਾਣਾ ਆਇਆ ਸੀਗਾ ਉਹ ਉਹ ਵੀ ਲੋਕਾਂ ਨੇ ਬੜਾ ਪ੍ਰਵਾਨ ਕੀਤਾ ਉਹਦੀਆਂ ਵੀ ਟਿਕਟੋਕ ਤੇ ਬਹੁਤ ਵੀਡੀਓ ਬਣੀਆਂ ਜੀ ਉਹਦੇ ਦੋ ਬੋਲ ਤੁਸੀਂ ਆਪਣੇ ਦਰਸ਼ਕਾਂ ਨਾਲ ਸਾਂਝੇ ਕਰ ਹਾਂਜੀ ਹਾਂਜੀ ਜ਼ਰੂਰ ਉਹ ਦੱਸ ਮਿੱਠੀ ਏਣੀ ਮੂੰਹੋਂ ਕੀ ਮੰਗਦੀ ਮਿੱਤਰਾਂ ਦੇ ਕੋਲੋਂ ਕਾ ਤੋ ਰਹੇ ਸੰਗ ਦੀ ਉਹ ਜੌੜੇ ਮੋੜ ਵਰਗਾ ਪਲੇਖਾ ਪਾਉਂਦਾ ਗੱਬਰੂ ਨਾ ਬੁੱਝ ਹੁੰਦੇ ਸਾਥੋਂ ਦਿਲ ਦੇ ਸਵਾਲ ਨਹੀਂ ਉਹ ਤੇਰੀ ਅੱਖਾਂ ਨੇ ਨਸ਼ੀਲੀਆਂ ਬਲੌਂਡ ਵਾਲ ਨਹੀਂ ਤੇਰੇ ਪਿੱਛੇ ਲੱਗੇ ਹੋਗੇ 5 ਸਾਲ ਨਹੀਂ ਗੱਬਰੂ ਨੂੰ ਮਾਰਦਾ ਸਲੂਟ ਸਾਰਾ ਸ਼ਹਿਰ ਤੂੰ ਤਾਂ ਪੁੱਛ ਆਣੀ ਆ ਕੇ ਕਦੇ ਹਾਲ ਚਾਲ ਨਹੀਂ ਬਹੁਤ ਖੂਬ ਆਵਾਜ਼ ਤੁਸੀਂ ਸੁਣ ਕੇ ਅੰਦਾਜ਼ਾ ਲਗਾਉਂਦੇ ਹੋਗੇ ਕਿ ਆਵਾਜ਼ ਆ ਕੇ ਥੋੜੀ ਹੈ ਕਿਉਂਕਿ ਬਹੁਤ ਜ਼ੋਰ ਲੱਗਦਾ ਜ਼ੋਰ ਤੁਹਾਨੂੰ ਆਪਣੇ ਆਪ ਦੇਖਣ ਲੱਪਨਦਾ ਕਿਉਂਕਿ ਬੰਦੇ ਦੀਆਂ ਨਾੜਾਂ ਫੁੱਲਣ ਲੱਪਨਦੀਆਂ ਤੇ ਜਦੋਂ ਜ਼ੋਰ ਲੱਗਦਾ ਅਸਲੀ ਗਾਇਕੀ ਤਾਂ ਇਹੀ ਹੁੰਦੀ ਹੈ ਕਿਉਂਕਿ ਅਖਾੜਿਆਂ ਦੇ ਵਿੱਚ ਤਿਆਰੀ ਕਰ ਰਹੀ ਹੈ ਕਿਉਂਕਿ ਹੁਣ ਜਿਸ ਹਿਸਾਬ ਦੇ ਨਾਲ ਗੀਤ ਆ ਰਹੇ ਨੇ ਜਿਸ ਹਿਸਾਬ ਦੇ ਨਾਲ ਲੋਕਾਂ ਦਾ ਪਿਆਰ ਮਿਲ ਰਿਹਾ ਤੇ ਹੁਣ ਆਉਣ ਵਾਲੇ ਦਿਨ ਦੇ ਵਿੱਚ ਜਦੋਂ ਆ ਥੋੜੀ ਜੀ ਬਿਮਾਰੀ ਤੋਂ ਬਾਅਦ ਕਿਉਂਕਿ ਕਰੋਨਾ ਦਾ ਦੌਰ ਚੱਲ ਰਿਹਾ ਤੇ ਇਸ ਕਰਕੇ ਥੋੜੇ ਪਬਲਿਕ ਇਕੱਠ ਨਹੀਂ ਹੋ ਰਹੇ ਤਾਂ ਉਸ ਤੋਂ ਬਾਅਦ ਖਾੜਿਆਂ ਦੀ ਵੀ ਤਿਆਰੀ ਕਰਨੀ ਪੈਣੀ ਹੈ ਹਾਂਜੀ ਹਾਂ ਤਿਆਰੀ ਫੁੱਲ ਹੈ ਜੀ ਲੱਗੇ ਹੋ ਚੱਕਾਂਗਾ ਕੋਈ ਚੱਕਰੀ ਜੀ ਜੇ ਅਸੀਂ ਗੱਲ ਕਰੀ ਜਿੱਦਾਂ ਹੁਣ ਤੁਸੀਂ ਕਿਉਂਕਿ ਅੱਜ ਆਧੁਨਿਕ ਦੌਰ ਹੈਗਾ ਇਹਦੇ ਵਿੱਚ ਵਕ ਵਕ ਚੈਲੰਜਸ ਵੀ ਲਗਾਤਾਰ ਆਉਂਦੇ ਰਹਿੰਦੇ ਨੇ ਤੇ ਇੱਕ ਵੱਡੀ ਚੀਜ਼ ਇਹ ਹੈ ਕਿ ਜਿਹੜੀ ਚੀਜ਼ YouTube ਤੇ ਮਸ਼ਹੂਰ ਹੋ ਗਈ ਉਹੀ ਮਸ਼ਹੂਰੀ ਮੰਨੀ ਜਾਂਦੀ ਹੈ ਤੁਸੀਂ ਵੀ ਮੰਨਦੇ ਕਿ YouTube ਤੱਕ ਜਿਹੜੀ ਜ਼ਿੰਦਗੀ ਹੈ ਬੜੀ ਸੀਮਤ ਰਹਿ ਗਈ ਹੈ ਗਾਣਿਆਂ ਦੀ ਵੀ ਵੀ ਮਸ਼ਹੂਰ ਹੋਣਾ ਕਾਫੀ ਔਖਾ ਹੋ ਗਿਆ ਨਹੀਂ ਮਸ਼ਹੂਰ ਤਾਂ ਉਹ ਬੰਦਾ ਜਿਵੇਂ ਕਹ ਲਈ ਆਪਾਂ ਵੀ ਜਦੋਂ ਲੋਕਾਂ ਦੀ ਜ਼ੁਬਾਨ ਤੇ ਚੜ ਜੇ ਗੀਤ ਤੇ ਫਿਰ ਮੈਂ ਤਾਂ ਲਾ ਦਵੇ ਉਹ ਚੀਜ਼ ਮਸ਼ਹੂਰ ਆ ਐਵੇਂ ਆਪਾਂ ਕੱਲੇ ਵਿਊਆਂ ਤੋਂ ਮਸ਼ਹੂਰ ਹੋਣਾ ਉਹ ਤਾਂ ਅੱਜ ਕੱਲ੍ਹ ਫੇਕ ਵੀ ਪੈ ਜਾਂਦੇ ਆ ਤੇ ਬਾਕੀ ਐਂ ਵੀ ਜੇ ਨਾ ਦੁਨੀਆ ਦੇ ਦਿਲਾਂ 'ਚ ਜਦੋਂ ਆਪਾਂ ਚਲੇਗੇ ਤਾਂ ਉਹ ਮਸ਼ਹੂਰੀ ਬਹੁਤ ਵੱਡੀ ਆ ਤੇ ਬਾਕੀ ਮਾਲਕੀ ਕਰਨ ਵਾਲਾ ਸਾਰੀ ਜੇ ਤੁਹਾਡੀ ਗੱਲ ਕਰੀਏ ਤੁਸੀਂ ਹੁਣ ਜਿਵੇਂ ਜ਼ਿਕਰ ਕੀਤਾ ਉਮਰ ਵੀ ਕਾਫੀ ਕਾਟੇ 21 ਸਾਲ ਦੀ ਉਮਰ ਹਲੇ ਹਲੇ ਬਹੁਤ ਕੁਝ ਬੜਾ ਲੰਬਾ ਪੈਂਡਾ ਤੈਅ ਕਰਨਾ ਤੇ ਇੰਡਸਟਰੀ ਦੇ ਵਿੱਚ ਬਹੁਤ ਸਾਰੀਆਂ ਏਦਾਂ ਦੀਆਂ ਘਟਨਾਵਾਂ ਵੀ ਸਾਹਮਣੇ ਆਉਂਦੀਆਂ ਰਹਿੰਦੀਆਂ ਲਗਾਤਾਰ ਕਿ ਬੜੀ ਚਮਕਦਮਕ ਵਾਲੀ ਇੰਡਸਟਰੀ ਆ ਤੇ ਕਈ ਲੋਕ ਚਮਕਦਮਕ ਹਾਸਲ ਕਰਨ ਦੇ ਲਈ ਫੇ ਕੰਟਰੋਵਰਸੀਆਂ ਕਰਦੇ ਅੱਜਕੱਲ ਕੰਟਰੋਵਰਸੀਆਂ ਬੜੀਆਂ ਚੱਲ ਰਹੀਆਂ ਨੇ ਉਹਨਾਂ ਨੂੰ ਨਰਵੈਰ ਕਿਵੇਂ ਦੇਖਦਾ ਨਹੀਂ ਮੈਂ ਤਾਂ ਚਾਹੁੰਦਾ ਵੀ ਕੰਟਰੋਵਰਸੀ ਤੋਂ ਬਚ ਕੇ ਹੀ ਦੂਰ ਹੀ ਰਹੀ ਹੈ ਆਪਾਂ ਐਵੇਂ ਕਹਾਂ ਉਹਨੂੰ ਬਾਕੀ ਘੇਰਾ ਪੈ ਜੇ ਤੇ ਫਿਰ ਬਾਤ ਵੀ ਨਹੀਂ ਸਕਦੇ ਤੇ ਪਰ ਐਂ ਵੀ ਆਪਦੇ ਆਪ ਨੂੰ ਬਚਾ ਕੇ ਰੱਖੀਏ ਤੇ ਲੋੜ ਤਾਂ ਹੈ ਨਹੀਂ ਕੋਈ ਐਡੀ ਤੇ ਬਚ ਕੇ ਠੀਕ ਆ ਹਾਂ ਜੇ ਅਸੀਂ ਤੁਹਾਡੀ ਗੱਲ ਕਰੀਏ ਤੁਸੀਂ ਦੱਸਿਆ ਕਿ ਸ਼ੁਰੂਆਤੀ ਦਿਨਾਂ ਦੇ ਵਿੱਚ ਮਾਨਕ ਸਾਹਿਬ ਨੂੰ ਸੁਣਦੇ ਰਹੇ ਹੋ ਤੁਸੀਂ ਜਾਂ ਹੋਰ ਜਿਹੜੇ ਵਧੀਆ ਗਾਇਕ ਜਿਨ੍ਹਾਂ ਨੂੰ ਤੁਹਾਨੂੰ ਲੱਗਦਾ ਕਿ ਇਹਨਾਂ ਤੋਂ ਪ੍ਰੇਰਿਤ ਹੋ ਕੇ ਤੁਸੀਂ ਇਸ ਇੰਡਸਟਰੀ ਦੇ ਵੱਲ ਆਉਣ ਦਾ ਫੈਸਲਾ ਕੀਤਾ ਕਿਹੜੇ ਗਾਇਕਾਂ ਨੂੰ ਸਭ ਤੋਂ ਜ਼ਿਆਦਾ ਸੁਣਿਆ ਤੁਸੀਂ ਮੈਂ ਤਾਂ ਕੁਲਦੀਪ ਮਾਨਕ ਸਾਹਿਬ ਨੂੰ ਸੁਣਿਆ ਈ ਜ਼ਿਆਦਾ ਤੇ ਸਰਜੀਤ ਬਿੰਦਰਕੇ ਸਾਹਿਬ ਨੂੰ ਹੋਵੇ ਕੁਲਵਿੰਦਰ ਢਿੱਲੋਂ ਹੋਣੀ ਹੋਵੇ ਤੇ ਹੋਰ ਵੀ ਜਿੰਨੇ ਪੁਰਾਣੇ ਗੀਤਕਾਰ ਆ ਆਪਾਂ ਸਾਰਿਆਂ ਨੂੰ ਸੁਣਿਆ ਗਾਇਕਾਂ ਨੂੰ ਤੇ ਸਭ ਨੇ ਸੁਣਿਆ ਉਹਨਾਂ ਦੇ ਜਿਹੜੇ ਇਹ ਜਿਨ੍ਹਾਂ ਨੂੰ ਜ਼ਿਆਦਾ ਸੁਣਿਆ ਉਹਨਾਂ ਦੇ ਕੋਈ ਗੀਤ ਜਿਹੜਾ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਹੋਵੇ ਤੇ ਦਰਸ਼ਕਾਂ ਨਾਲ ਸਾਂਝਾ ਕਰਨਾ ਮੈਂ ਮਾਨਕ ਸਾਹਿਬ ਦਾ ਤੁਹਾਨੂੰ ਸੁਣਾਉਣਾ ਗੀਤ ਇੱਕ ਹੋ ਜੱਟ ਜੰਡੋਰੇ ਦੇ ਸੌਂ ਗਿਆ ਪੱਟ ਦਾ ਸਰਾਣਾ ਲਾ ਕੇ ਉਹ ਚੜ ਘਟਕ ਸਿਆਲਾਂ ਤੋਂ ਕੇਰਿਆ ਮਿਰਜਾ ਪਲ ਵਿੱਚ ਆ ਕੇ ਉਹ ਪੰਨ ਕਾਨੀਆਂ ਸਹਿਬਾਂ ਨੇ ਉਹ ਪੰਨ ਕਾਨੀਆਂ ਸਹਿਬਾਂ ਨੇ ਮੋਢਿਓ ਜੱਟ ਨੂੰ ਹਲੂਣ ਜਗਾਤਾ ਸਹਿਬਾ ਬਣੀ ਪਰਾਵਾਂ ਦੀ ਪਾਈਆਂ ਤੋਂ ਯਾਰ ਮਰਾਤਾ ਕਈ ਬਾਤ ਹੈ ਕਿ ਇੱਕ ਇੱਕ ਗੀਤ ਜਾਨ ਪਾ ਦਿੰਦੇ ਸੀ ਬੰਦੇ ਦੇ ਵਿੱਚ ਜਦੋਂ ਵੀ ਸੁਣਦੇ ਸੀ ਮਾਨਕ ਸਾਬ ਨੂੰ ਸੁਣ ਲਈਏ surjit benderkhian ਨੂੰ ਸੁਣ ਲਈਏ ਉਹਨਾਂ ਦੀਆਂ ਬੋਲੀਆਂ ਜਿਹੜੀਆਂ ਬੜੀਆਂ ਮਸ਼ਹੂਰ ਹੋਈਆਂ ਸੀ benderkhian ਸਾਹਿਬ ਦੀਆਂ ਤਾਂ ਬੜੇ ਉਹਨਾਂ ਦੇ ਜਦੋਂ ਗਾਣੇ ਆਪਾਂ ਅੱਜ ਵੀ ਸੁਣਦੇ ਆਂ ਤਾਂ ਉਹ ਲੱਗੀ ਬੰਦੇ ਦੇ ਅੰਦਰ એનર્ਜੀ ਆ ਜਾਂਦੀ ਹੈ ਬਿਲਕੁਲ ਬਿਲਕੁਲ ਜੋਸ਼ ਭਰਿਆ ਜਾਂਦਾ ਇੱਕ ਤਾਂ ਕਿਉਂਕਿ ਆਵਾਜ਼ ਬੜੀ ਉੱਚੀ ਜਦੋਂ ਗਾਉਣਾ ਫੋਕ ਆਵਾਜ਼ ਪੂਰੀ ਤੇ ਉਹ ਬੰਦਾ ਉਹੀ ਅਗਲਾ ਉੱਠ ਕੇ ਬਹਿ ਜਾਂਦਾ ਵੀ ਹਾਂ ਯਾਰ ਆ ਤਾਂ ਗੱਲ ਪੂਰੀ ਉੱਕੇ ਰਪੋਰਟ ਨਿਰਵੈਰ ਜਦੋਂ ਅਸੀਂ ਗੱਲ ਕਰਦੇ ਆਂ ਇਸ ਇੰਡਸਟਰੀ ਦੇ ਵਿੱਚ ਉਹਨਾਂ ਜਿੱਦਾਂ ਤੁਸੀਂ ਜ਼ ਕਿ ਸਕੂਲ ਲਾਈਫ ਤੋਂ ਸ਼ੁਰੂ ਹੋਏ ਕਾਲਜ ਲਾਈਫ ਦੇ ਵਿੱਚ ਬੋਲੀਆਂ ਉਸ ਤੋਂ ਬਾਅਦ ਕੁਝ ਚੰਗੇ ਬੰਦੇ ਜੁੜ ਗਏ ਤੇ ਪਹਿਲਾ ਗਾਣਾ ਲੋਕਾਂ ਦੇ ਰੂਪ ਰੂਪ ਕੀਤਾ ਬੜਾ ਪਿਆਰ ਮਿਲਿਆ ਉਸ ਨੂੰ ਵੀ ਤੇ ਹੁਣ ਵੀ ਲਗਾਤਾਰ ਹਰੇਕ ਗਾਣਾ ਜਿਹੜਾ ਤੁਸੀਂ ਗਾ ਰਹੇ ਹੋ ਬੜਾ ਪਿਆਰ ਮਿਲ ਰਿਹਾ ਲੋਕਾਂ ਦਾ ਜੀ ਅਸੀਂ ਇਸ ਮੌਕੇ ਦੀ ਗੱਲ ਕਰੀਏ ਕਿਹੜੇ ਕਿਹੜੇ ਲੋਕਾਂ ਦੀ ਸਾਥ ਰਿਹਾ ਤੁਹਾਡਾ ਤੇ ਸਭ ਤੋਂ ਪਹਿਲਾਂ ਇਹ ਵੀ ਗੱਲ ਹੁੰਦੀ ਹੈ ਕਿ ਗੁਰੂ ਬਿਨਾ ਗੱਤ ਨਹੀਂ ਤੇ ਗੁਰੂ ਧਾਰ ਕੇ ਚੱਲੇ ਹੋ ਜਾਂ ਹਲੇ ਲੱਭ ਰਹੇ ਹੋ ਨਹੀਂ ਬਿਲਕੁਲ ਜੀ ਗੁਰੂ ਇਦਾਂ ਵੀ ਮੈਂ ਨਾ ਅਸਲ 'ਚ ਤੋਂ ਦੱਸਿਆ ਜਿਵੇਂ ਬਚਪਨ ਤੋਂ ਮੈਨੂੰ ਸ਼ੌਂਕ ਸੀਗਾ ਗਾਉਣ ਦਾ ਮੇਰੇ ਦਾਦਾ ਜੀ ਅਸ ਉਹ ਪ੍ਰੋਫੈਸ਼ਨਲ ਨਹੀਂ ਪ੍ਰੋਫੈਸ਼ਨਲ ਹੀ ਨਹੀਂ ਸੀ ਉਹ ਬਾਟੋਂ ਜਿਵੇਂ ਘਰ ਆਪਾਂ ਵਾਰਾਂ ਗਾਈਦੀ ਫਾਦਰ ਸਾਹਿਬ ਦੱਸਦੇ ਹੁੰਦੇ ਆ ਵੀ ਵਾਰਾਂ ਗਾਉਂਦੇ ਰਹੇ ਆ ਮੈਨੂੰ ਲੱਗਦਾ ਵੀ ਉਹ ਹੀ ਗੁੜਤੀ ਸ਼ਾਇਦ ਮਿਰਚ ਕਿਸੇ ਨੇ ਕਿਤੇ ਨਾ ਕਿਤੇ ਆ ਗਈ ਤੇ ਬਾਕੀ ਐ ਮੈਂ ਸਿੱਖਦਾ ਗਿਆ ਹਰੇਕ ਨੂੰ ਵੇਖ ਵੇਖ ਗਾਉਂਦਾ ਗਿਆ ਤੇ ਉਹ ਬਾਜ ਖੁੱਲਦੀ ਗਈ ਫਿਰ ਹੌਲੀ ਹੌਲੀ ਆਪਣਾ ਸਕੂਲ ਚ ਬੋਲੀਆਂ ਪਾਉਣ ਲੱਗ ਪਏ ਢੋਲ ਨਾਲ ਜਦੋਂ ਗਾਈਦਾ ਫਿਰ ਉੱਚੀ ਬਾਜ ਚ ਤੇ ਉਦੋਂ ਦਾ ਬਾਜ ਖੁੱਲਦੀ ਗਈ ਉਹ ਮੈਂ ਜਾਗਰਨ ਟਾਲ ਉਸਤਾਦ ਉਹਨਾਂ ਕੋਲ ਸਿੱਖਦਾ ਰਿਹਾ ਮੈਂ ਤੇ ਬਾਅਦ ਚ ਫਿਰ ਬਸ ਬੋਲੀਆਂ ਕਰਕੇ ਮੈਨਾਂ ਵਗਲਾ ਖੁੱਲ ਗਿਆ ਸਾਰਾ ਓਕੇ ਰਿਪੋਰਟ ਤੇ ਇਹ ਇਹ ਜਿਹੜਾ ਸਿੱਖਣ ਦਾ ਦੌਰ ਸੀ ਕਿੰਨਾ ਕੁ ਸਮਾਂ ਚੱਲਿਆ ਕਦੋਂ ਲਾਈਫ ਦੇ ਕਿਹੜੇ ਪੜਾਅ ਦੇ ਵਿੱਚ ਇਹ ਸਿੱਖਣ ਦੀ ਜਿਹੜੀ ਕੋਸ਼ਿਸ਼ ਜਿਹੜੀ ਸੀ ਚੱਲ ਰਹੀ ਮੈਂ 10th ਤੋਂ ਲੈ ਕੇ +2 ਤੱਕ ਮੈਂ ਸਿੱਖ ਜਾਂਦਾ ਰਿਹਾ ਮੈਂ ਸਿੱਖਦਾ ਰਿਹਾ 뮤직 ਮੈਂ ਕੋਲ ਹਰਮੋਨੀਅਮ ਸਿੱਖਦਾ ਰਿਹਾ ਮੈਂ ਪਹਿਲਾਂ ਤੇ ਉਦੋਂ ਤੋਂ ਚੱਲਦਾ ਰਿਹਾ ਗੱਲਬਾਤ ਸਾਰੀ ਮੁੜ ਕੇ ਫਿਰ ਬੋਲੀਆਂ ਜੇ ਤੁਹਾਨੂੰ ਪਤਾ ਹੀ ਜਦੋਂ ਰੈਸਲਾ ਹੁਣ ਲਾਪੈਣ ਫਿਰਤਾ ਹੂੰ ਫਿਰ ਤਾਂ ਆਪਣੇ ਆਪ ਬੰਦੇ ਦਾ ਇੱਕ ਉਹ ਤਰੀਕਾ ਬਣ ਜਾਂਦਾ ਫਲੋ ਬਣ ਜਾਂਦਾ ਕਿ ਮੈਂ ਪਿਛਲੇ ਦਿਨੀ ਅਮਨ ਹੇਅਰ ਹੁਣਾਂ ਦੇ ਨਾਲ ਗੱਲਬਾਤ ਕਰ ਰਿਹਾ ਸੀ ਉਹ ਵੀ ਇੰਗਲੈਂਡ ਦੇ ਵਿੱਚ ਬੈਠੇ ਹੋਏ ਆ ਉਹਨਾਂ ਨੇ ਕਹਿੰਦੇ ਸੀ ਨਵੇਂ ਇੰਡਸਟਰੀ ਦੇ ਵਿੱਚ ਜਿੰਨੇ ਵੀ ਮੁੰਡੇ ਆ ਰਹੇ ਨੇ ਉਹਨਾਂ ਨੂੰ ਇੱਕ ਅੱਧਾ ਸਾਜ਼ ਜ਼ਰੂਰ ਸਿੱਖ ਲੈਣਾ ਚਾਹੀਦਾ ਤੇ ਤੁਸੀਂ ਹਾਰਮੋਨੀਅਮ ਸਿੱਖਿਆ ਹੋਇਆ ਤੇ ਉਹਦੇ ਨਾਲ ਕਹਿੰਦੇ ਬਹੁਤ ਮਦਦ ਹੁੰਦੀ ਹੈ ਬੰਦੇ ਨੂੰ ਸੁਰਾਂ ਦਾ ਪਤਾ ਲੱਗ ਜਾਂਦਾ ਰਿਆਜ਼ ਕਿਵੇਂ ਕਰਨਾ ਉਹ ਪਤਾ ਲੱਗ ਜਾਂਦਾ ਕਿਹੜੇ ਕਿੱਥੇ ਬੰਦਾ ਗਾ ਰਿਹਾ ਜਾਂ ਨਹੀਂ ਗਾ ਰਿਹਾ ਸਹੀ ਗਾ ਰਿਹਾ ਗਲਤ ਗਾ ਰਿਹਾ ਬਹੁਤ ਮਦਦ ਹੁੰਦੀ ਹੈ ਮੈਨੂੰ ਹਾਰਮੋਨੀਅਮ ਹੀ ਆਉਂਦਾ ਤੇ ਫੋਕਸ ਆਜ ਮੈਨੂੰ ਤੂੰਬ ਵੀ ਵੀ ਆਉਂਦੀ ਆ ਲਗ ਤੇ ਮੈਂ ਵਜਾ ਲੈਣਾ ਵਧੀਆ ਹਾਂ ਅਗਲੀ ਵਾਰ ਕੋਸ਼ਿਸ਼ ਕਰਾਂਗੇ ਕਿ ਤੂੰ ਵੀ ਹਲਬੋਜ਼ੇ ਤੇ ਹਰਮੋਨੀਆ ਵੀ ਨਾਲ ਰੱਖੀਏ ਕਿਉਂਕਿ ਅਸੀਂ ਉਹ ਵੀ ਟੈਸਟ ਨਾਲ-ਨਾਲ ਲੈਣਾ ਹੁੰਦਾ ਤੇ ਜਿੱਦਾਂ ਹੁਣ ਤੁਸੀਂ ਵਾਰਾਂ ਦੀ ਗੱਲ ਕੀਤੀ ਮੈਂ ਵਾਰ ਜ਼ਰੂਰ ਸੁਣਨੀ ਚਾਹੁੰਗਾ ਤੁਹਾਡੇ ਤੋਂ ਕਿਉਂਕਿ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਸਟੇਜ ਲਾਉਣੀ ਹੈ ਤਾਂ ਮੈਨੂੰ ਲੱਗਦਾ ਕਿ ਜਿੱਦਾਂ ਰਾਜਵੀਰ ਜਵੰਦਾ ਆਪਣੀ ਵਾਰ ਦੇ ਨਾਲ ਸ਼ੁਰੂ ਕਰਦਾ ਸੀ ਬਹੁਤ ਸਾਰੇ ਗਾਇਕਦਾਨ ਨੇ ਜਿਹੜੇ ਵਾਰ ਦੇ ਨਾਲ ਸ਼ੁਰੂ ਕਰਦੇ ਨੇ ਬਿਲਕੁਲ ਵਾਰ ਤੋਂ ਸ਼ੁਰੂ ਮੈਂ ਸੁਣੋਣਾ ਤੁਹਾਨੂੰ ਵਾਰ ਵੀ ਬੰਦਾ ਸੰਗ ਵਾਦਰ ਵਾਲੀ ਲੈ ਕੇ ਕਲਗੀ ਤਰ ਤੋਂ ਥੱਪੜਾ ਹੋ ਚਾਰ ਦਿਨ ਖੇਡ ਲੈ ਮੂੰਜਾ ਮਾਨ ਲੈ ਤੈ ਪੱਜ ਜਾਵਣਾ ਕੰਗਣਾ ਕੱਟ ਦਿਆ ਲੈ ਕੇ ਕਲਗੀ ਤਰ ਤੂੰ ਥੱਪੜਾ ਓ ਦਿੱਤਾ ਚਰਨੀ ਸੀਸ ਨਿਵਾ ਬੰਦਾ ਸਿੰਘ ਬਹਾਦਰ ਬਣ ਗਿਆ ਓ ਲਿਆ ਮਾਦੋ ਨਾ ਬਦਲਾ ਸਾਬ ਤੇ ਖੰਡੇ ਲਿਸ਼ਕਦੇ ਚੌਂਕਦੇ ਹਉ ਜਿਉਂ ਕਰਦਾ ਸੱਪ ਫੜਾ ਹੋ ਕੀ ਬਾਤ ਹੈ ਕੀ ਬਾਤ ਹੈ ਕੀ ਬਾਤ ਹੈ ਥੋੜੇ ਥੋੜੀ ਜਿਦਾਂ ਹੁੰਦੀ ਹੈ ਨਾ ਕੀ ਕਹਿੰਦੇ ਗੂਸ ਬੰਮਸ ਆ ਜਾਣੇ ਥੋੜਾ ਥੋੜਾ ਉਹ ਬੰਦੇ ਨੂੰ ਅਹਿਸਾਸ ਹੋਣ ਲੱਗ ਜਾਂਦਾ ਬਹੁਤ ਵਧੀਆ ਆਵਾਜ਼ ਨੇ ਰਵੈਰ ਤੁਹਾਡੀ ਤੇ ਹੁਣ ਜੇ ਇਸ ਵੇਲੇ ਮੌਜੂਦਾ ਹਾਲਾਤਾਂ ਦੀ ਗੱਲ ਕਰੀਏ ਕੀ ਪਲੈਨਿੰਗ ਚੱਲ ਰਹੀ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਇਹ ਗਾਣਾ ਤਾਂ ਤੁਹਾਡਾ ਟ੍ਰੈਂਡਿੰਗ ਦੇ ਵਿੱਚ ਆ ਗਿਆ ਵਰਲਡਵਾਈਡ 28ਵੇਂ ਨੰਬਰ ਤੇ ਚੱਲ ਰਿਹਾ ਤੁਹਾਡਾ ਗੀਤ ਜਿਹੜਾ ਹੁਣ ਜਿਹੜਾ ਹੁਣ ਆਇਆ ਵੀਡੀਓ ਦੇ ਨਾਲ ਆਇਆ ਤੇ ਲੋਕਾਂ ਨੇ ਬਹੁਤ ਵਧੀਆ ਪ੍ਰਵਾਨ ਕੀਤਾ ਹਰ ਪਾਸੇ ਚਰਚਾਵਾ ਛੱਡ ਪਈਆਂ ਤੇ ਬਹੁਤ ਸਾਰੀ ਜ਼ਿੰਮੇਵਾਰੀ ਬਣ ਜਾਂਦੀ ਸਾਡੇ ਤੇ ਜਦੋਂ ਇਦਾਂ ਆਪਾਂ ਇੱਕ ਮੁਕਾਮ ਸੈ ਵੀ ਮਿੱਠਾ ਬੋਲ ਕੇ ਨਾਮ ਉਹਦਾ ਤੇ ਉਹ ਵੀ ਥੋੜੇ ਦਿਨਾਂ ਜੀ ਪਾ ਦੇਣਾ ਆਪਾਂ ਉਸ ਤੋਂ ਬਾਅਦ ਫਿਰ ਸਿੰਗਲ ਟਰੈਕ ਵਾਲਾ ਕਰਾਂਗੇ ਫਿਰ ਡਿਊਟ ਕਰਾਂਗੇ ਤੇ ਇਦਾਂ ਦਾ ਮਲਕੇ ਫੁੱਲ ਚੱਕਿਆ ਜਿਹੜਾ ਨਵਾਂ ਗਾਣਾ ਆ ਰਿਹਾ ਸੀ ਜੇ ਦਰਸ਼ਕਾਂ ਨੇ ਲਈ ਇੱਕ ਪਹਿਰਾ ਸਾਂਝਾ ਕਰਨੀ ਮਿੱਠਾ ਬੋਲ ਕੇ ਦਾ ਜੀ ਜਰੂਰ ਮਿੱਠਾ ਬੋਲ ਕੇ ਦਾ ਸੁਣਾ ਦਿੰਨੇ ਆ ਹੋ ਯਾਰੀਆਂ ਦੇ ਵਿੱਚ ਕਦੇ ਨਫੇ ਨਹੀਂਓ ਤੱਕੇ ਚੰਗੇ ਮਾਰੇ ਦਾ ਵੀ ਲਾਇਆ ਕੋਈ ਹਿਸਾਬ ਨਾ ਹੋ ਦਿਲ ਵਿੱਚ ਵੜ ਪੂਰਾ ਪੇਤ ਸਾਡਾ ਲੈ ਕੇ ਲੋਕੀ ਖੇਡੇ ਜਜ਼ਬਾਤਾਂ ਦੀ ਕਿਤਾਬ ਨਾ ਉਹ ਸਾਨੂੰ ਆਉਂਦੇ ਨਾ ਵਪਾਰ ਬੱਲੀਏ ਮਿੱਠਾ ਬੋਲ ਕੇ ਖਰੀਦ ਲੈਂਦੀ ਦੁਨੀਆ ਇੰਨੇ ਮਹਿੰਗੇ ਵੀ ਨਹੀਂ ਯਾਰ ਬੱਲੀਏ ਕਿਆ ਬਾਤ ਹੈ ਕਿਆ ਬਾਤ ਹੈ ਨਿਰਵਰ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਤਮਾਮ ਗੱਲਾਂ ਕੀਤੀਆਂ ਨੇ ਤੁਹਾਡੇ ਗੀਤ ਜਿਹੜੇ ਨੇ ਉਹ ਲੋਕਾਂ ਦੀ ਜ਼ੁਬਾਨ ਤੇ ਕਿਉਂਕਿ ਇੱਕ ਕਲਾਕਾਰ ਉਦੋਂ ਹੀ ਮਸ਼ਹੂਰ ਹੁੰਦਾ ਜਦੋਂ ਉਹਦੇ ਗੀਤ ਜਿਹੜੇ ਨੇ ਲੋਕਾਂ ਦੀ ਜ਼ੁਬਾਨ ਤੇ ਚੜ ਜਾਂਦੇ ਨੇ ਤਾਂ ਉਮੀਦ ਕਰਦੇ ਆਂ ਤੁਹਾਡੇ ਜਿਹੜੇ ਗੀਤ ਲੋਕਾਂ ਦੀ ਜ਼ੁਬਾਨ ਤੇ ਚੜੇ ਨੇ ਟਿਕਟੌਕ ਦੀਆਂ ਵੀਡੀਓਾਂ ਦੇ ਵਿੱਚ ਮਸ਼ਹੂਰ ਹੋ ਚੁੱਕੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਲੋਕਾਂ ਨੂੰ ਹੋਰ ਬਹੁਤ ਸਾਰੇ ਵਧੀਆ ਗੀਤ ਜਿਹੜੇ ਨੇ ਉਹ ਜ਼ਰੂਰ ਮਿਲ ਜਿਵੇਂ ਤੁਸੀਂ ਦੱਸਿਆ ਕਿ ਕਾਫੀ ਮਿਹਨਤ ਸ਼ੁਰੂ ਤੋਂ ਹੀ ਹੋ ਗਈ ਸੀਗੀ ਗਾਇਕੀ ਦੇ ਲਈ ਤਾਂ ਇੱਕ ਫੋਕਸ ਬਣ ਜਾਂਦਾ ਬੰਦੇ ਦਾ ਤੇ ਅਖੀਰ ਦੇ ਵਿੱਚ ਆਪਣੇ ਜਿੰਨੇ ਵੀ ਚਾਉਣ ਵਾਲੇ ਨੇ ਤੁਹਾਨੂੰ ਲਗਾਤਾਰ ਦੇਖ ਰਹੇ ਹੋਣੇ ਨੇ ਆ ਆਪਣੇ ਚਾਉਣ ਵਾਲਿਆਂ ਨੂੰ ਕੀ ਕੁਝ ਕਹਿਣਾ ਚਾਹੋਗੇ ਬਸ ਮੇਰਾ ਇਹ ਹੈ ਜੀ ਇੱਕ ਤਾਂ ਕਰੋਨਾ ਦੀ ਮਹਾਂਮਾਰੀ ਤੋਂ ਬਚ ਕੇ ਆਪਾਂ ਸਾਰਿਆਂ ਨੇ ਤੇ ਬਾਕੀ ਹਰ ਚੀਜ਼ ਕਿਸੇ ਵੀ ਫੀਲਡ 'ਚ ਆਉਣਾ ਜਾਂ ਕਿਸੇ ਨੇ ਵੀ ਤਾਂ ਆਪਾਂ ਸਿੱਖ ਕੇ ਆਈਏ ਚੰਗੇ ਬਣ ਕੇ ਆਈਏ ਬਾਕੀ ਚੰਗਾ ਪੜ੍ਹੀਏ ਚੰਗਾ ਸੁਣੀਏ ਤੇ ਚੰਗਾ ਹੀ ਗਾਈਏ ਤੇ ਮਾਲਕ ਦਾ ਸ਼ੁਕਰ ਕਰੀਏ ਬਾਕੀ ਮਾਰਾ ਸਾਰਨ ਚੜ੍ਹਦੀ ਕਲਾ ਚ ਰੱਖੇ ਜੀ ਨਿਰਵੈਰ ਬਹੁਤ ਬਹੁਤ ਸ਼ੁਕਰੀਆ ਤੁਸੀਂ तमाम ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਬਹੁਤ ਸਾਰੇ ਦਰਸ਼ਕ ਇਹ ਵੀਡੀਓ ਦੇਖ ਰਹੇ ਹੋਣੇ ਨੇ ਤੁਹਾਨੂੰ ਆ ਗੀਤਾਂ ਤੋਂ ਆਵਾਜ਼ ਤੋਂ ਸੁਣ ਕੇ ਲੱਗਿਆ ਹੋਣਾ ਪਤਾ ਕਿ ਨਿਰਵੈਰ ਦੀ ਆਵਾਜ਼ ਦੇ ਵਿੱਚ ਕਿੰਨਾ ਦਮ ਹੈਗਾ ਨਿਰਵੈਰ ਅਖੀਰ ਦੇ ਵਿੱਚ ਇੱਕ ਗੱਲ ਜ਼ਰੂਰ ਤੁਹਾਡੇ ਤੋਂ ਪੁੱਛਣੀ ਚਾਹਾਂਗਾ ਜਿਹੜੇ ਗੀਤ ਤੁਸੀਂ ਗਾਉਂਦੇ ਪਏ ਹੋ ਲਿਖਦਾ ਕੌਣ ਹੈ ਕਿੱਥੋਂ ਕਲਮ ਕਿਹਦੀ ਹੁੰਦੀ ਹੈ ਆ ਜ਼ਿਆਦਾਤਰ ਹਾਂਜੀ ਆ ਮੇਰੇ ਗੀਤ ਸੀਗਾ ਜੀ ਬੰਦੂਬਕ ਤਾਂ ਬੰਦੂਗ ਗੀਤ ਮੇਰਾ ਹੀ ਲਿਖਿਆ ਹੈਗਾ ਤੇ ਬਾਕੀ ਰਾਇਵ ਹੰਜਰਾ ਬਾਈ ਦਾ ਗਾਇਆ ਤੇ ਪਿਛਲੇ ਗੀਤ ਆ ਜਿਵੇਂ ਸੁੱਖੀ ਮੁੰਡਾ ਉਹਦੇ ਗਾਏ ਹੋਏ ਮੈਂ ਮੈਨੂੰ ਅਚਾਨਕ ਜਾਂਦੇ ਜਾਂਦੇ ਮੈਂ ਆਪਾਂ ਗੱਲ ਖਤਮ ਕਰਨ ਲੱਗਿਆ ਸੀ ਤਾਂ ਇਹ ਗੱਲ ਯਾਦ ਆ ਗਈ ਕਿ ਇਹ ਗਾਣੇ ਲਿਖਦਾ ਕੌਣ ਹੈ ਕਿਉਂਕਿ ਜਦੋਂ ਆਪ ਇੱਕ ਗਾਇਕ ਜਿਹੜਾ ਹੁੰਦਾ ਉਹ ਆਪ ਲਿਖੇ ਤਾਂ ਉਹਦੇ ਵਿੱਚ ਅਲੱਗੀ ਵਿਲੱਖਣਤਾ ਜਾਂ ਅਲੱਗੀ ਨਿਖਾਰ ਜਿਹੜਾ ਆਉਂਦਾ ਤੇ ਇਹ ਜਿਹੜੀ ਕਲਮ ਕਲਮ ਤਾਂ ਤਾਂ ਨਹੀਂ ਹੋਣਾ ਉਹ ਵੀ ਬੜਾ ਅਹਿਮੀਅਤ ਰੱਖਦਾ ਆਪਣੇ ਆਪ ਦੇ ਵਿੱਚ ਕਲਮ ਦੇ ਨਾਲ ਕਦੋਂ ਪਿਆਰ ਹੋਇਆ ਵੀ ਲਿਖਣਾ ਵੀ ਹੈ બસ ਉਦੋਂ ਹੀ ਲਿਖਣ ਲੱਗ ਪਏ ਜਦੋਂ ਕੋਨ ਲਿਖ ਪੇ ਨਾਲ ਹੀ ਲਿਖ ਲੱਗ ਪਏਗੇ ਜੀ ਮੈਨੂੰ ਯਾਦ ਨਹੀਂ ਤੇ ਬਟ ਐਂ ਵੀ ਚਲਦਾ ਗਿਆ ਨਾਲ-ਨਾਲ ਹੀ ਮੈਂ ਲਿਖਦਾ ਗਿਆ ਤੇ ਹੌਲੀ-ਹੌਲੀ ਫਿਰ ਬੰਦ ਆ ਗਿਆ ਸਵੱਬ ਤੇ ਬੱਸ ਵੇਰੇ ਤਾਂ ਹੀ ਜੀ ਬਹੁਤ ਬਹੁਤ ਸ਼ੁਕਰੀਆ ਸੋ ਇਹ ਸਨ ਨਿਰਵੈਰ ਪੰਨੂ ਜਿਨ੍ਹਾਂ ਦੇ ਗੀਤ ਤੁਸੀਂ YouTube ਤੇ ਸੁਣ ਸਕਦੇ ਹੋ TikTok ਤੇ ਮਸ਼ਹੂਰ ਹੋ ਚੁੱਕੇ ਨੇ ਬਹੁਤ ਸਾਰੀਆਂ ਵੀਡੀਓ ਬਣ ਚੁੱਕੀਆਂ ਨੇ ਜਿਵੇਂ ਉਹਨਾਂ ਨੇ ਦੱਸਿਆ ਕਿ 1 ਮਿਲੀਅਨ ਤੋਂ ਉੱਪਰ ਵੀਡੀਓਜ਼ ਬਣ ਚੁੱਕੀਆਂ ਆਪਣੇ ਆਪ ਦੇ ਵਿੱਚ ਵੱਡੀ ਕਾਮਯਾਬੀ ਆ ਅਸੀਂ ਉਮੀਦ ਕਰਦੇ ਹਾਂ ਕਿ ਇਹਨਾਂ ਦੇ ਵਰਗੇ ਗਾਇਕ ਜਿਹੜੇ ਨੇ ਉਹ ਲਗਾਤਾਰ ਇੰਡਸਟਰੀ ਨੂੰ ਮਿਲਦੇ ਰਹਿਣ ਕਿਉਂਕਿ ਸਿੱਖੇ ਹੋਏ ਗਾਇਕ ਹਾਂਡੇ ਹੋਏ ਗਾਇਕ ਤੇ ਮੰਝੇ ਹੋਏ ਗਾਇਕ ਜਿਹੜੇ ਹੁੰਦੇ ਨੇ ਬੜੇ ਘੱਟ ਹੁੰਦੇ ਨੇ ਉਹਨਾਂ ਦੀ ਆਵਾਜ਼ ਜਿਹੜੀ ਹੈ ਉਹਨਾਂ ਨੂੰ ਸੁਣ ਕੇ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਂਦਾ ਕਿ ਇਹ ਆਵਾਜ਼ ਜਿਹੜੀ ਹੈ ਉਹ ਪੂਰੀ ਤਰ੍ਹਾਂ ਪਰਖ ਕੇ ਆਈ ਹੋਈ ਹੈ ਸਿੱਖ ਕੇ ਆਈ ਹੋਈ ਹੈ ਤੇ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਅਜਿਹੇ ਗੀਤਕਾਰ ਜਾਂ ਗਾਇਕ ਜਿਹੜੇ ਨੇ ਉਹ ਤੁਹਾਡੇ ਰੂਬਰੂ ਕਰਦੇ ਰਹੀਏ ਤੇ ਇਹੀ ਕੋਸ਼ਿਸ਼ ਕਰਦੇ ਹਾਂ ਕਿ ਤੁਸੀਂ ਵੀ ਉਹਨਾਂ ਨੂੰ ਮਾਨ ਮੱਤਾ ਪਿਆਰ ਦਿੰਦੇ ਰਹੋਗੇ ਫਿਲਹਾਲ ਤੁਹਾਡੇ ਤੋਂ ਅਗਲੇ ਨੂੰ ਫਿਰ ਹਾਜ਼ਰ ਹੋਵਾਂਗੇ ਇੱਕ ਹੋਰ ਨਵੇਂ ਫਨਕਾਰ ਦੇ ਨਾਲ ਤਦ ਤੱਕ ਦੀਵਾ ਗਿਆ ਬਹੁਤ ਬਤਨਵਾ